ਪੰਜਾਬ ਵਿੱਚੋਂ ਨਸ਼ੇ ਦੇ ਖਾਤਮੇ ਲਈ 23 ਮਾਰਚ ਨੂੰ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦੇ ਸ਼ਹੀਦੀ ਦਿਵਸ ਦੇ ਮੌਕੇ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖਟਕੜ ਕਲਾਂ 'ਚ ਇੱਕ ਪ੍ਰੋਗਰਾਮ ਦੀ ਸ਼ੁਰੂਆਤ ਕਰਨਗੇ ਜਿਸ ਵਿੱਚ ਲੋਕ ਆਪਣੇ ਆਪ ਨੂੰ ਰਜਿਸਟਰ ਕਰਕੇ ਨਸ਼ੇ ਵਿਰੁੱਧ ਛਿੜੀ ਮੁਹਿੰਮ ਦਾ ਹਿੱਸਾ ਬਣ ਸਕਦੇ ਨੇ। 23 ਮਾਰਚ ਨੂੰ ਖਟਕੜ ਕਲਾਂ 'ਚ ਹੋਣ ਜਾ ਰਹੇ ਇਸ ਸਮਾਗਮ 'ਚ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਨਾਲ ਜਲੰਧਰ ਡਿਵੀਜ਼ਨ ਦੇ 7 ਜ਼ਿਲ੍ਹਿਆਂ ਦੇ 1 ਲੱਖ ਤੋਂ ਜ਼ਿਆਦਾ ਵਲੰਟੀਅਰ ਸ਼ਪਥ ਗ੍ਰਹਿਣ ਸਮਾਰੋਹ ਵਿੱਚ ਹਿੱਸਾ ਲੈਣਗੇ। ਮੀਡੀਆ ਨੂੰ ਇਸ ਸਾਰੇ ਪ੍ਰੋਗਰਾਮ ਦੀ ਜਾਣਕਾਰੀ ਜ਼ਿਲ੍ਹਾਧੀਸ਼ SSP ਤੇ ਪੁਲਿਸ ਕਮਿਸ਼ਨਰ ਨੇ ਪ੍ਰੈਸ ਵਾਰਤਾ ਕਰਕੇ ਦਿੱਤੀ। ਪੰਜਾਬ ਸਰਕਾਰ ਨੇ ਇਸ ਗੱਲ ਦਾ ਅਹਿਦ ਕੀਤਾ ਹੋਇਆ ਕਿ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਹੈਗੀ ਹੈ ਉਹਨੂੰ ਨਸ਼ਿਆਂ ਦੀ ਦਲਦਲ ਤੋਂ ਬਚਾਉਣਾ ਵੀ ਹੈ, ਜਿਹੜੇ ਫਸੇ ਹੋਏ ਨੇ ਉਹਨਾਂ ਨੂੰ ਕੱਢਣਾ ਵੀ ਹੈ, ਅਤੇ ਜਿਹੜੇ ਮਾੜੇ ਬੰਦੇ ਇਸ ਕੰਮ 'ਚ ਲੱਗੇ ਹੋਏ ਆ ਉਹਨਾਂ ਦੇ ਵਿਰੁੱਧ ਜਿਹੜਾ ਹੈਗਾ ਬਹੁਤ ਸਖਤੀ ਨਾਲ ਕਾਰਵਾਈ ਕਰਨੀ ਹੈ। ਇਸੇ ਲੜੀ ਦੇ ਤਹਿਤ 23 ਮਾਰਚ ਜਿਹੜੀ ਆ ਰਹੀ ਹੈ ਸ਼ਹੀਦ ਭਗਤ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਹੈਗਾ, ਉਸ ਦਿਨ ਸਾਡੇ ਮਾਣਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਖਟਕੜ ਕਲਾਂ ਦਾ ਜਿਹੜਾ ਯੁਵਾ ਸਸ਼ਕਤੀਕਰਨ ਪ੍ਰੋਗਰਾਮ ਹੈਗਾ ਉੱਥੋਂ ਸਹੁੰ ਚੁਕਾਉਣਗੇ ਸਾਡੇ ਯੂਥ ਨੂੰ ਇਸ ਮਾੜੇ ਪਾਸੇ ਤੋਂ ਬਚਣ ਲਈ। ਇਹ ਜਿਹੜੀ ਸਹੁੰ ਚੁੱਕ ਸਮਾਗਮ ਹੈਗਾ ਇਹ ਹਰ ਜ਼ਿਲ੍ਹੇ ਅਤੇ ਹਰ ਸਬ ਡਿਵੀਜ਼ਨ ਲੈਵਲ 'ਤੇ ਜਿਹੜਾ ਹੈਗਾ ਟੈਲੀਕਾਸਟ ਕੀਤਾ ਜਾਏਗਾ। ਉੱਥੇ ਸਾਡੇ ਜਿਹੜੇ ਯੂਥ ਔਰ ਡੈਪੋਜ਼ ਨੇ ਡਰੱਗ ਅਬਿਊਜ਼ ਪ੍ਰਿਵੈਂਸ਼ਨ ਆਫਿਸਰਸ ਉਹ ਸਾਰੇ ਇਕੱਤਰ ਹੋਣਗੇ ਵੱਡੀ ਸੰਖਿਆ 'ਚ, ਪਰ ਇਸ ਗੱਲ ਦਾ ਅਹਿਦ ਚੱਕਣਗੇ ਕਿ ਸਾਡੀ ਜਿਹੜੀ ਨਵੀਂ ਪੀੜ੍ਹੀ ਹੈ ਉਹਨੂੰ ਅਸੀਂ ਇਸ ਪਾਸਿਓਂ ਬਚਾਉਣਾ। ਇਸ ਪ੍ਰੋਗਰਾਮ ਨੂੰ ਔਰ 23 ਤਰੀਕ ਦਾ ਜਿਹੜਾ ਪ੍ਰੋਗਰਾਮ ਹੈਗਾ ਉਹਨੂੰ ਕਾਮਯਾਬ ਕਰਨ ਦੇ ਲਈ ਅੱਜ ਜਲੰਧਰ ਸ਼ਹਿਰ ਔਰ ਜਲੰਧਰ ਜ਼ਿਲ੍ਹੇ ਦੀਆਂ ਸਾਰੀਆਂ ਜਿਹੜੀਆਂ NGOs ਨੇ, ਸਾਰੀਆਂ ਚੰਗੀਆਂ ਸੰਸਥਾਵਾਂ ਨੇ, ਸਾਰੇ ਜਿੰਨੇ ਵਿਭਾਗ ਨੇ, ਯੂਥ ਵਿਭਾਗ ਹੈਗਾ, ਨਹਿਰੂ ਯੁਵਾ ਕੇਂਦਰ ਹੈਗਾ, ਜਿਹੜੇ ਜਿਹੜੇ ਵੀ ਆਮ ਸਮਾਜ ਦੇ ਵਿੱਚ ਜਿਹੜੇ ਲੋਕਾਂ ਦੀ ਬਹੁਤ ਅੱਛੀ ਪਹੁੰਚ ਹੈ ਉਹਨਾਂ ਦੇ ਨਾਲ ਅਸੀਂ ਇੱਕ ਬੜੀ ਮੀਟਿੰਗ ਕੀਤੀ ਹੈ ਔਰ ਇਹ ਮੀਟਿੰਗ ਬੜੀ ਫਰੂਟਫੁੱਲ ਰਹੀ ਹੈਗੀ ਹੈ। ਸਾਰਿਆਂ ਨੇ ਸਾਨੂੰ ਯਕੀਨ ਦਵਾਇਆ ਕਿ ਵੱਧ ਤੋਂ ਵੱਧ ਸੰਖਿਆ ਦੇ ਵਿੱਚ ਐਜ਼ ਡੈਪੋ ਰਜਿਸਟਰ ਹੋਣਗੇ ਔਰ ਲੋਕਾਂ ਤੱਕ ਔਰ ਸਪੈਸ਼ਲੀ ਯੂਥ ਤੱਕ ਇਸ ਮੈਸੇਜ ਨੂੰ ਲੈ ਕੇ ਜਾਣਗੇ। ਮੈਨੂੰ ਪੂਰਾ ਯਕੀਨ ਹੈ ਕਿ ਪੰਜਾਬ ਸਰਕਾਰ ਦੇ ਇਸ ਉਪਰਾਲੇ ਨਾਲ ਜਿਹੜੀ ਸਾਡੀ ਨਵੀਂ ਯੁਵਾ ਪੀੜ੍ਹੀ ਹੈਗੀ ਹੈ ਉਹਨੂੰ ਅਸੀਂ ਚੰਗੇ ਪਾਸੇ ਲਿਜਾਣ ਦੇ ਵਿੱਚ ਕਾਮਯਾਬ ਹੋਵਾਂਗੇ। ਜ਼ਾਹਿਰ ਜੀ ਗੱਲ ਹੈ ਕਿ ਨਸ਼ਿਆਂ ਨੂੰ ਖਤਮ ਕਰਨ ਦੇ ਲਈ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਨੂੰ ਲੋਕਾਂ ਦੇ ਸਖਤ ਸਹਿਯੋਗ ਦੀ ਲੋੜ ਹੈ। ਜਲੰਧਰ ਤੋਂ ਸੋਨੂ ਦੀ ਰਿਪੋਰਟ।